ਇੰਡੀਆ ਪਾਕਿਸਤਾਨ ਬਾਰਡਰ ਤੇ ਫਿਰੋਜ਼ਪੁਰ ਦੇ BOP ਸ਼ਾਮੇਕੇ ਦੇ ਪਿੰਡ ਟੇਡੀਵਾਲਾ ਦੇ ਏਰੀਆ 'ਚ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਵਿਖਾਈ ਦਿੱਤਾ ਹੈ। ਰਾਤ ਦੇ ਵੇਲੇ ਕਰੀਬ 2 ਵਾਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੋਇਆ ਤੇ ਜਦੋਂ ਦੂਸਰੀ ਵਾਰ ਪਾਕਿਸਤਾਨ ਤੋਂ ਭਾਰਤ ਦੇ ਵੱਲ ਡਰੋਨ 8:48 ਤੇ ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋਇਆ ਤਾਂ BSF ਦੀ 176ਵੀਂ ਬਟਾਲੀਅਨ ਦੇ ਵੱਲੋਂ ਡਰੋਨ ਦੇ ਉੱਪਰ ਫਾਇਰਿੰਗ ਵੀ ਕੀਤੀ ਗਈ। ਇਸ ਮੌਕੇ BSF ਪੰਜਾਬ ਪੁਲਿਸ ਅਤੇ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਬਾਅਦ ਪੰਜਾਬ ਪੁਲਿਸ ਦੇ ਵੱਲੋਂ BSF ਦੇ ਨਾਲ ਮਿਲ ਕੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਉੱਥੇ ਸ਼ਾਮੇਕੀ ਦੀ ਚੌਕੀ ਅਤੇ ਟੇਡੀਵਾਲਾ ਪਿੰਡ ਦੇ ਅੰਦਰ ਵੀ ਸਰਚ ਅਭਿਆਨ ਜਾਰੀ ਰੱਖਿਆ। ਆਪਰੇਸ਼ਨ ਦੀ ਅਗਵਾਈ ਕਰ ਰਹੇ SP ਬਲਜੀਤ ਸਿੰਘ ਸਿੱਧੂ ਨੂੰ ਦੱਸਿਆ ਕਿ ਰਾਤ 8:30 ਦੇ ਕਰੀਬ ਭਾਰਤੀ ਸਰਹੱਦ ਦੇ ਅੰਦਰ ਇੱਕ ਫਲਾਇੰਗ ਆਬਜੈਕਟ ਦੇਖਿਆ ਗਿਆ, ਜਿਸ ਬਾਰੇ ਹਾਲੇ ਇਹ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿ ਇਹ ਡਰੋਨ ਹੈ ਜਾਂ ਨਹੀਂ। ਅਤੇ ਇਲਾਕੇ 'ਚ BSF ਦੇ ਨਾਲ ਮਿਲ ਕੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਇਟ ਵਾਜ਼ ਨਾਟ ਐਗਜ਼ੈਕਟਲੀ ਵੋ ਡਿਸਾਈਡਡ, ਮਤਲਬ ਅਭੀ ਕਨਫਰਮ ਨਹੀਂ ਹੋਇਆ ਕਿ ਡਰੋਨ ਥਾ, ਕੋਈ ਫਲਾਇੰਗ ਆਬਜੈਕਟ ਥੀ ਰਾਤ 8:30 ਦੇਖੀ ਗਈ ਹੈ। ਤੋ ਇਸਕੇ ਬਾਰੇ ਮੈਂ ਅਭੀ ਪੂਰਾ ਕੋਈ ਕਨਫਰਮ ਨਹੀਂ ਹੈ ਕਿ ਵੋ ਡਰੋਨ ਥਾ ਜਾਂ ਕੋਈ ਲਾਈਟ ਥੀ, ਕਿਆ ਥੀ, ਮਤਲਬ ਇੰਟਰਨੈਸ਼ਨਲ ਬਾਰਡਰ। BSF ਨੇ ਫਾਇਰਿੰਗ ਵੀ ਕੀ ਹੈ ਕਿਉਂਕਿ ਪੁਲਿਸ ਕੋ ਉਹਨੇ ਜਾਣਕਾਰੀ ਦੀ ਇਸਕੇ ਬਾਰੇ? ਵੋ BSF ਫਾਇਰਿੰਗ ਕੀ ਹਮੇ ਜਾਣਕਾਰੀ ਨਹੀਂ ਹੈ, BSF ਨੇ ਕੈਸੇ ਕੀਆ, ਜੈਸੇ ਉਹਨਾਂ ਨੇ ਹਮੇ ਯੇ ਇੱਕ ਫਲਾਇੰਗ ਆਬਜੈਕਟ ਕੀ ਜਾਣਕਾਰੀ ਹਮੇ ਦੀ ਥੀ, ਉਸਕੇ ਹਮ ਉਸਕੇ ਲੀਏ ਹਮ ਜਿਸ ਤਰਫ ਵੋ ਉਸਕੀ ਡਾਇਰੈਕਸ਼ਨ ਥੀ ਵਹਾਂ ਪੇ ਹਮ ਸਰਚਸ ਕਰਾ ਰਹੇ ਹੈਂ ਔਰ BSF ਕੇ ਸਾਥ ਕੋਆਰਡੀਨੇਟਡ ਆਪਰੇਸ਼ਨਸ ਹਮ ਚਲਾ ਰਹੇ ਹੈਂ। ਦੱਸ ਦਈਏ ਕਿ ਅੱਜ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਦੇ ਵੱਲੋਂ ਭਾਰਤੀ ਸਰਹੱਦ ਦੇ ਅੰਦਰ ਡਰੋਨ ਭੇਜਿਆ ਗਿਆ ਤੇ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਦੇ ਅੰਦਰ ਦੇਖਿਆ ਗਿਆ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ, ਦੈਨਿਕ ਸਵੇਰਾ TV। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।